ਪੰਜਾਬ ਵਿੱਚ ਲਗਾਤਾਰ ਬਿਜਲੀ ਦੀਆਂ ਵੱਧ ਰਹੀ ਕੀਮਤਾਂ ਨੂੰ ਦੇਖਦੇ ਹੋਏ ਅੱਜ ਗੁਰਦਾਸਪੁਰ ਵਿੱਚ ਭਾਜਪਾ ਵਰਕਰਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਅਤੇ ਪੰਜਾਬ ਦੀ ਜਨਤਾ ਉੱਪਰ ਬਿਜਲੀ ਦੇ ਰੇਟ ਵਧਾ ਕੇ ਹੋਰ ਬੋਝ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਭਾਜਪਾ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਕੈਪਟਨ ਸਰਕਾਰ ਦੀਆਂ ਜਦੋਂ ਤੋਂ ਸਰਕਾਰ ਬਣ ਗਈ ਹੈ ਲੋਕ ਮਾਰੂ ਨੀਤੀਆਂ ਪੰਜਾਬ ਦੇ ਵਿੱਚ ਜਾਰੀ ਨੇ। ਕਰਮਚਾਰੀਆਂ ਦਾ ਬੁਰਾ ਹਾਲ ਹੈ, ਕਿਸਾਨਾਂ ਦਾ ਬੁਰਾ ਹਾਲ ਹੈ, ਹਰ ਵਰਗ ਦਾ ਬੁਰਾ ਹਾਲ ਕੀਤਾ ਹੋਇਆ ਇੱਥੇ। ਔਰ ਇੱਕ ਵਾਰ ਫਿਰ ਤੋਂ ਬਿਜਲੀ ਦਰਾਂ ਦੀਆਂ ਜਿਹੜੀਆਂ ਵਾਧੇ ਕੀਤੇ ਗਏ ਨੇ ਉਹਦੇ ਵਿਰੋਧ ਸਵਰੂਪ ਇਹ ਪ੍ਰੋਟੈਸਟ ਸੀਗਾ। ਅਸੀਂ ਵੇਖਿਆ ਸਾਡੇ ਗੁਆਂਢੀ ਰਾਜਾਂ ਦੇ ਵਿੱਚ, ਹਰਿਆਣਾ ਦੇ ਵਿੱਚ, ਹਿਮਾਚਲ ਦੇ ਵਿੱਚ ਬਿਜਲੀ ਕਿੰਨੀ ਘੱਟ ਹੈਗੀ ਹੈ। ਇੱਕ ਪਾਸੇ ਅਸੀਂ ਚਾਹੁੰਦੇ ਹਾਂ ਕਿ ਇੱਥੇ ਇੰਡਸਟਰੀ ਆਏ ਵਧੇ, ਔਰ ਦੂਜੇ ਪਾਸੇ ਸਾਡੇ ਸਾਰੇ ਖੇਤਰ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪੂਰੇ ਪੰਜਾਬ ਦੇ ਲੋਕ ਤ੍ਰਾਹੀ ਮਾਮ ਕਰ ਰਹੇ ਨੇ ਇਸ ਟਾਈਮ, ਕਿਉਂਕਿ ਜਿੰਨੇ ਬਿਜਲੀ ਦਰਾਂ ਕੈਪਟਨ ਅਮਰਿੰਦਰ ਸਿੰਘ ਨੇ ਵਧਾ ਦਿੱਤੀਆਂ, ਇਹ ਪੇ ਕਰਨਾ ਪੋਸੀਬਲ ਹੀ ਨਹੀਂ ਹੈ ਇੱਕ ਆਮ ਆਦਮੀ ਵਾਸਤੇ। ਅਤੇ ਇਹ ਬਹੁਤ ਹੀ ਵੱਡਾ ਇੱਕ ਨਿਰੰਕੁਸ਼ ਤਾਨਾਸ਼ਾਹੀ ਵਾਲਾ ਫੈਸਲਾ, ਮਹਾਰਾਜੇ ਵਾਲਾ ਕੰਮ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ।
ਉਹਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਵੱਲੋਂ ਭੈਣਾਂ ਭਰਾਵਾਂ ਵੱਲੋਂ ਇਸ ਸੰਬੰਧ ਦੇ ਵਿੱਚ ਅੱਜ ਇਹ ਰੋਸ ਮਾਰਚ ਸੀਗਾ ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਗਿਆ। ਇਹ ਪ੍ਰੋਟੈਸਟ ਜਿਹੜਾ ਵਾ ਸਰਕਾਰ ਦੇ ਖਿਲਾਫ ਵਾ, ਜਿਹੜਾ ਲੋਕ ਮਾਰੂ ਨੀਤੀਆਂ ਵਰਤਦੇ ਆ, ਇਹਨਾਂ ਨੇ ਨਾ ਕਿਸੇ ਕਿਸਾਨ ਨੂੰ ਛੱਡਿਆ ਵਾ, ਨਾ ਕਿਸੇ ਕਰਮਚਾਰੀ ਨੂੰ ਛੱਡਿਆ ਵਾ। ਜਿਹੜਾ ਬਿਜਲੀ ਦੇ ਬਿੱਲਾਂ ਦੀਆਂ ਦਰਾਂ ਹੁਣੇ ਵਧੀਆਂ ਨੇ, ਇਹਦੇ ਨਾਲ ਇੰਨਾ ਬੁਰਾ ਹਾਲ ਹੋ ਗਿਆ ਵਾ ਵੀ ਇੱਕ ਇੰਪਲਾਈ ਨੂੰ ਅੱਧੇ ਤੋਂ ਵੱਧ ਤਨਖਾਹ ਜਿਹੜੀ ਆ ਉਹ ਸਿਰਫ ਬਿਜਲੀ ਦੇ ਬਿੱਲ 'ਚ ਦੇਣੀ ਪੈਂਦੀ ਆ। ਜੇ ਗੁਆਂਢੀ ਰਾਜਾਂ ਦੇ ਵਿੱਚ ਇੰਨੀ ਸਸਤੀ ਬਿਜਲੀ ਆ, ਦਿੱਲੀ ਦੇ ਵਿੱਚ ਇੰਨੀ ਸਸਤੀ ਬਿਜਲੀ ਲੈ ਕੇ ਇੰਨੀ ਸਸਤੀ ਬੱਤੀ ਦੇ ਰਹੇ ਆ, ਮਤਲਬ ਬਾਹਰੋਂ ਖਰੀਦ ਕੇ। ਇੱਥੇ ਤਾਂ ਅਸੀਂ ਤਿਆਰ ਵੀ ਕਰਨੀ ਆ ਬੱਤੀ, ਥਰਮਲ ਪਲਾਂਟ ਆ, ਸਭ ਕੁਛ ਹੈਗਾ, ਫਿਰ ਵੀ ਬੱਤੀ ਜਿਹੜੀ ਆ 9.5 ਰੁਪਈਏ ਜਿਹੜੀ ਦੇ ਰਹੇ ਆ, ਇਹ ਬਹੁਤ ਅਤਿ ਨਿੰਦਣਯੋਗ ਆ। ਔਰ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਾਂਗੇ ਕਿ ਇਹਨੂੰ ਚੰਗੀ ਬੁੱਧੀ ਦੇ, ਇਹਦੀ ਤੰਗੀ ਕਿਤੇ ਮਨ ਦੇ ਅੰਦਰ ਸੰਸਕਾਰ ਆਵੇ ਕਿ ਲੋਕਾਂ ਦਾ ਬੁਰਾ ਹਾਲ ਵਾ, ਕੁਛ ਥੋੜ੍ਹੀ ਜਿਹੀ ਰਾਜਾ ਮਹਾਰਾਜਾ ਵਾ, ਇਹਦੀ ਨੀਤੀ ਜਿਹੜੀ ਆ ਹਮੇਸ਼ਾ ਰਾਜਾ ਮਹਾਰਾਜੇ ਵਾਲੀ ਰਹੀ ਆ। ਗਰੀਬਾਂ ਵੱਲ ਵੇਖ ਕੇ ਅਤੇ ਗਰੀਬਾਂ ਦੇ ਨਾਲ ਹਮਦਰਦੀ ਕਰੇ ਤਾਂ ਕਿ ਪਰਮਾਤਮਾ ਇਹਨੂੰ ਕੋਈ ਸੀਸ ਦੇਵੇ, ਇਹਨੂੰ ਚੰਗੀ ਮਦਦ ਦੇਵੇ ਵੀ ਜਿਹਦੇ ਨਾਲ ਇਹ ਗਰੀਬਾਂ ਦਾ ਜਿਹੜਾ ਕੁਛ ਭਲਾ ਕਰੇ। ਇੰਡੀਆ ਕ੍ਰਾਈਮ ਨਿਊਜ਼।